ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਨੇਹਾ ਦਾ ਵੀਜ਼ਾ ਆਫਿਸ ਤੋਂ ਇੱਕ ਵਾਰ ਫਿਰ ਹਾਜ਼ਰ ਹੋਈ ਹਾਂ ਕੈਨੇਡਾ ਟੂਰਿਸਟ ਔਰ ਵਿਜ਼ਟਰ ਵੀਜ਼ੇ ਦੀਆਂ ਲੇਟੈਸਟ ਅਪਡੇਟਸ ਲੈ ਕੇ। ਸੋ ਇਸ ਮੰਚ ਦੇ ਥਰੂ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਜੋ ਵੀ ਲੇਟੈਸਟ ਅਪਡੇਟ ਆਵੇ ਮੈਂ ਤੁਹਾਡੇ ਤੱਕ ਪ੍ਰੋਵਾਈਡ ਕਰਵਾਵਾਂ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਸ਼ੇਅਰ ਜ਼ਰੂਰ ਕਰੋ, ਔਰ ਅਗਰ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਕਮੈਂਟ ਕਰ ਸਕਦੇ ਹੋ। ਸੋ ਕੈਨੇਡਾ ਦਾ ਇੰਨਾ ਬਦਲਾਵ ਸਕਸੈਸ ਰੇਟ ਨੂੰ ਲੈ ਕੇ ਕਦੀ ਵੀ ਨਹੀਂ ਦੇਖਿਆ ਗਿਆ। ਤਾਂ ਸੋ ਹੁਣ ਇਹ ਕਿਹੜਾ ਰਾਈਟ ਟਾਈਮ ਆ ਕਿਹੜੇ ਕਿਹੜੇ ਪ੍ਰੋਫਾਈਲਸ ਦਾ ਅਪਲਾਈ ਕਰਨ ਦਾ? ਦੇਖੋ, ਨੋਰਮਲ ਜਿਹਦੀ ਪ੍ਰੋਫਾਈਲ ਬਹੁਤ ਅੱਛੀ ਹੁੰਦੀ ਆ, ਸਪੋਂਸਰ ਉਹਦੇ ਕੋਲ ਹੁੰਦੀ ਆ, ਤਾਂ ਉਹਦਾ ਈਜ਼ੀਲੀ ਵੀਜ਼ਾ ਆ ਜਾਂਦਾ। ਬਟ ਜਿਹੜੀ ਲੋ ਪ੍ਰੋਫਾਈਲ ਸੋਰੀ ਟੂ ਸੇ, ਆਪਾਂ ਇਹਨਾਂ ਨੂੰ ਕਹਿ ਦਿੰਦੇ ਹਾਂ ਜਿਹਨਾਂ ਦੇ ਫੰਡਿੰਗ ਜ਼ਿਆਦਾ ਨਹੀਂ ਹੁੰਦੀ ਆ, ਜਾਂ ਉਹਨਾਂ ਨੇ ਨਵੇਂ ਅਕਾਊਂਟ ਦੇ ਵਿੱਚ ਨਵੀਂ ਫੰਡਿੰਗ ਪਾਉਣੀ ਹੁੰਦੀ ਆ, ਉਹਨਾਂ ਦੇ ਵੀਜ਼ਾ ਦਾ ਅੱਗੇ ਸਕਸੈਸ ਘੱਟ ਹੁੰਦਾ ਸੀ। ਬਟ ਪ੍ਰੈਜੈਂਟਲੀ ਉਹਨਾਂ ਦਾ ਵੀ ਬਹੁਤ ਵਧੀਆ ਵੀਜ਼ਾ ਆ ਰਿਹਾ। ਜਿਹਨਾਂ ਦੀ ਇਨਕਮ ਲੋ ਹੈਗੀ ਆ, ITRs 5 ਕੁ ਲੱਖ ਦੀ ਭਰ ਰਹੇ ਆ, ਉਹਨਾਂ ਦੇ ਵੀ ਵੀਜ਼ਾ ਬਹੁਤ ਵਧੀਆ ਆ ਰਿਹਾ। ਏਜ ਲਿਮਿਟ ਇਸ 'ਤੇ ਮੈਟਰ ਨਹੀਂ ਕਰ ਰਹੀ ਆ, ਸਪੋਂਸਰ ਨਹੀਂ ਹੈਗੀ ਆ, ਤੁਸੀਂ ਹੋਟਲ ਕਨਫਰਮੇਸ਼ਨ 'ਤੇ ਵੀਜ਼ਾ ਲਗਾ ਸਕਦੇ ਹੋ। ਸੋ ਬਹੁਤ ਹੀ ਰਾਈਟ ਟਾਈਮ ਅਪਲਾਈ ਕਰਨ ਦਾ। ਤਾਂ ਜ਼ਰੂਰਤ ਕੀ ਆ ਕਿ ਆਪਣੀ ਪ੍ਰੋਫਾਈਲ ਨੂੰ ਤੁਸੀਂ ਪ੍ਰਜੈਂਟ ਕਿੱਦਾਂ ਕਰਨਾ? ਸੋ ਉਹਦੇ ਲਈ ਸਹੀ ਗਾਈਡਲਾਈਨ ਦੀ ਬਹੁਤ ਜ਼ਰੂਰਤ ਹੈਗੀ ਆ। ਤੁਸੀਂ ਕਾਲ ਕਰ ਸਕਦੇ ਹੋ ਦਾ ਵੀਜ਼ਾ ਆਫਿਸ 90410 90410 'ਤੇ। ਸਾਡੀਆਂ 3 ਬ੍ਰਾਂਚਿਸ ਹੈਗੀਆਂ, ਜਲੰਧਰ, ਅੰਮ੍ਰਿਤਸਰ, ਲੁਧਿਆਣਾ। ਜਿਹੜੀ ਵੀ ਤੁਹਾਨੂੰ ਨੀਅਰ ਲੱਗਦੀ ਹੈ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ।